ਦੀ ਹੈ ਜਿਹੜਾ ਆਪਾਂ ਇੱਕ ਡਾਲਰ ਚੈਲੰਜ ਪੂਰਾ ਕਰਨਾ ਸੀ ਤੇ ਹੁਣ ਤੁਹਾਨੂੰ ਵਿਖਾਉਂਦੇ ਹਾਂ ਕੀ ਕੀ ਲੈ ਕੇ ਆਂਦਾ ਸੀ ਓਹੋ ਵਿਦ ਦਹੀਂ ਭੱਲੇ ਤੇ ਇੱਧਰ ਤੇ ਚੈੱਕ ਕਰੋ ਕਰੀਮ ਚਾਟ ਵੀ ਅਸਲਾਮ ਵਾਲੇਕੁਮ ਮੈਂ ਰਈਸ ਅਲੀ ਆਜ ਆਪਕੀ ਖਿਦਮਤ ਮੈਂ ਹਾਜ਼ਰ ਆਜ ਇੱਕ ਨਈ ਵੀਡੀਓ ਕੇ ਸਾਥ ਤੋ ਆਜ ਹਮਾਰਾ ਇੱਕ ਚੈਲੰਜ ਹੈ ਇੱਕ ਡਾਲਰ ਕੇ ਅੰਦਰ ਹਮੇ ਇਫਤਾਰੀ ਕਰਨੀ ਹੈ ਤੋ ਦੇਖਤੇ ਹੈ ਕਿ ਇੱਕ ਡਾਲਰ ਕੇ ਅੰਦਰ ਹਮੇ ਕਿਆ ਕਿਆ ਮਿਲਤਾ ਹੈ ਤੋ ਬਾਜ਼ਾਰ ਜਾਏਂਗੇ ਔਰ ਕੁਛ ਸਮਾਨ ਲੈ ਕੇ ਆਏਂਗੇ ਕੁਛ ਵੀ ਮਿਲੇ ਸਮੋਸੇ ਕਚੌੜੀ ਪਕੌੜੇ ਸ਼ਕੌੜੇ ਜੋ ਵੀ ਮਿਲੇ ਸਭ ਕੁਛ ਪਾ ਕੇ ਇੱਕ ਡਾਲਰ ਪੂਰਾ ਕਰ ਦੇਣਾ ਆਜ ਕੱਲ੍ਹ ਮੇਰੇ ਖਿਆਲ ਇੱਕ ਡਾਲਰ ਜੋ ਹੈ ਉਹ ਮੈਕਸੀਮਮ ਵੀ ਚੱਲ ਰਿਹਾ ਹੈ ਕੋਈ 280 ਜਾਂ 85 ਰੁਪਏ ਕਾ ਇਤਨੇ ਕੇ ਅੰਦਰ ਹਮੇ ਜੋ ਮਿਲਾ ਹਮ ਲੈ ਆਏਂਗੇ ਬਾਕੀ ਆਪਕੋ ਦਿਖਾਤੇ ਹੈ ਵਲੋਗ ਕੋ ਪੂਰਾ ਦੇਖੀਏਗਾ ਔਰ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕੁਛ ਹੋ ਸਕਤਾ ਹੈ ਕਰੇਂ ਵੀਡੀਓ ਕੇ ਉੱਪਰ ਮੀਮ ਚਲਾਏਂ ਭੈਂਸ ਕੀ ਦੁਮ ਕੋਈ ਪਰਵਾਹ ਨਹੀਂ ਆਪਣੇ ਕੋ ਵਾਇਰਲ ਹੋ ਵਾਇਰਲ ਕਰ ਦਿਓ ਸਮਝੇ ਤੁਸੀਂ ਫੁੱਲ ਅੰਨੀ ਪਾ ਦਿਓ ਤੋ ਚਲੋ ਭਾਈ ਲੋਕ ਇਫਤਾਰੀ ਲੈਣੇ ਚਲਤੇ ਹੈ ਆਪਕੋ ਦਿਖਾਤੇ ਹੈ ਅੱਜ ਆਪਣੀ ਗਲੀਆਂ ਚੌਂ ਚੌਂ ਲੋ ਜੀ ਇਫਤਾਰੀ ਦਾ ਸਮਾਨ ਆਪਾਂ ਲੈਂਦਾ ਅਤੇ ਹੁਣ ਸਾਡੀ ਹੋ ਗਈ ਬਸ ਫੁੱਲ ਸ਼ਿਸ਼ਕੇ ਆਉਣਗੇ ਫੁੱਲ ਹੀ ਫੁੱਲ ਮਜ਼ੇ ਚੱਸ ਜਿਹੜਾ ਆਪਾਂ ਇੱਕ ਡਾਲਰ ਚੈਲੇਂਜ ਪੂਰਾ ਕਰਨਾ ਸੀ ਅਤੇ ਹੁਣ ਤੁਹਾਨੂੰ ਵਿਖਾਉਂਦੇ ਹਾਂ ਕੀ ਕੀ ਲੈ ਕੇ ਆਉਂਦਾ ਸੀ ਦੋ ਮਿੰਟ ਵੇਟ ਕਰੋ ਬਸ ਸਬਰ ਦਾ ਇਮਤਿਹਾਨ ਖਤਮ ਲੋ ਜੀ ਇਫਤਾਰੀ ਦਾ ਹੋ ਗਿਆ ਨਿਜ਼ਾਮ ਪੂਰਾ ਇੱਕ ਡਾਲਰ ਅਤੇ ਉਹਦੇ ਬਦਲੇ ਕਿੰਨਾ ਕੁਛ ਮਿਲੇਗਾ ਤੁਸੀਂ ਵੀ ਟਰਾਈ ਕਰਨਾ ਖੈਰ ਮੈਂ ਤੁਹਾਨੂੰ ਵਿਖਾਉਂਦਾ ਵਾਂ ਲੈ ਜੀ ਇਹ ਹੈ ਜੀ ਕਚੌੜੀ ਦੋ ਕਚੌੜੀਆਂ ਦੋ ਸਮੋਸੇ ਓਹੋ ਵਿਦ ਦਹੀਂ ਭੱਲੇ ਅਤੇ ਇੱਧਰ ਤਾਂ ਚੈੱਕ ਕਰੋ ਕਰੀਮ ਚਾਟ ਵੀ ਨਾਲ ਨਾਲ ਹੀ ਹੈ ਕਿਉਂ ਜੀ ਚੱਸ ਆ ਗਈ ਕਿ ਨਹੀਂ ਬਾਬਾ ਜੀ ਕੈਚਅਪ ਤਾਂ ਘੱਟ ਦੀ ਹੈ ਕਚੌੜਾ ਵੀ ਘੱਟ ਦੇ ਨੇ ਪੈਸੇ ਬਚੇ ਨਹੀਂ ਸੀ ਆਊਟ ਆਫ ਰੇਂਜ ਹੋ ਰਿਹਾ ਸੀ ਕੰਮ ਖੈਰ ਇਹ ਸਾਡਾ ਜੀ ਅੱਜ ਦਾ ਸਮਾਨ ਹੈ ਇਹ ਦੇਖ ਰਹੇ ਹੋ ਜੀ ਤੁਸੀਂ ਇਹ ਜੀ ਇੱਕ ਡਾਲਰ ਕੇ ਅੰਦਰ ਸਾਰੀ ਪਰਚੇਜ਼ਿੰਗ ਕੀ ਹੈ ਖੈਰ ਦੱਸੋ ਜੀ ਤੁਸੀਂ ਕਿੰਨਾ ਕੁਛ ਇਕੱਠਾ ਕਰ ਸਕਦੇ ਹੋ ਕਮੈਂਟ ਬੋਕਸ 'ਚ ਦੱਸ ਦੇਣਾ ਸਾਨੂੰ ਖੈਰ ਚੱਲਦੇ ਹਾਂ ਅੱਗੇ ਅੱਛਾ ਜੀ ਉਮੀਦ ਕਰਦਾ ਹੂੰ ਕਿ ਅੱਜ ਕੀ ਵੀਡੀਓ ਦੇਖ ਕੇ ਆਪਕੋ ਬਹੁਤ ਮਜ਼ਾ ਆਇਆ ਹੋਗਾ ਕਿਉਂਕਿ ਜੋ ਅੱਜ ਹਮਾਰਾ ਚੈਲੇਂਜ ਥਾ ਇੱਕ ਡਾਲਰ ਕੇ ਅੰਦਰ ਇਫਤਾਰੀ ਕੋ ਕੰਪਲੀਟ ਕਰਨਾ ਤੋ ਰੈਸਿਪੀ ਤੋ ਆਪਨੇ ਦੇਖ ਲਈ ਹੋਗੀ ਜੋ ਮੈਨੇ ਇਕੱਠੀ ਕੀ ਹੈ ਤੋ ਖੈਰ ਵੀਡੀਓ ਕੋ ਪੂਰਾ ਦੇਖੀਏਗਾ ਔਰ ਉਮੀਦ ਕਰਦਾ ਹੂੰ ਜੋ ਪਹਿਲਾ ਵਲੋਗ ਥਾ ਉਹ ਵੀ ਆਪਕੋ ਪਸੰਦ ਆਇਆ ਆਨੇ ਵਾਲੇ ਵਲੋਗ ਆਪਕੋ ਇਸ ਰਮਜ਼ਾਨ ਕੇ ਅੰਦਰ ਕਾਫੀ ਜ਼ਿਆਦਾ ਮਿਲੇਂਗੇ ਉਮੀਦ ਹੈ ਕਿ ਰੈਗੂਲਰ ਕਰੂੰ ਇਸ ਕੋ ਮੈਂ ਤੋ ਖੈਰ ਬਾਕੀ ਪ੍ਰੈਂਕ ਵਗੈਰਾ ਵੀ ਆਪਕੋ ਮਿਲੇਂਗੇ ਅੱਜ ਕੱਲ੍ਹ ਰੋਜ਼ੋ ਕਾ ਜ਼ਰਾ ਇਹਤਰਾਮ ਹੈ ਤੋ ਜਿਸਕੀ ਵਜ੍ਹਾ ਸੇ ਨਾ ਰੋਜ਼ੋ ਕੇ ਬਾਅਦ ਇਨਸ਼ਾਅੱਲਾ ਇਹ ਸਭ ਕੁਛ ਚੱਲੇਗਾ ਖੈਰ ਔਰ ਆਪ ਸਭ ਠੀਕ ਹੈ ਉਮੀਦ ਕਰਤਾ ਹੂੰ ਤੋ ਚਲਤੇ ਹੈ ਮਿਲਤੇ ਹੈ ਨੈਕਸਟ ਵੀਡੀਓ ਮੈਂ ਤਬ ਤੱਕ ਕੇ ਲੀ ਅੱਲਾ ਹਾਫਿਜ਼